ਕਦੀ ਬਖਸ਼ਾਂ ਵਡਿਆਈਆਂ ਦਾ ਖਜ਼ਾਨਾ ਗੁਰੂ ਰਾਮਦਾਸ ਨੂੰ ਮਿਲਿਆ ਸੀ। ਸਾਡੀ ਸ੍ਰਿਸ਼ਟ ਸਕਲ ਤਾਰਨ ਤੋਂ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਹੁਣ ਅੱਗੇ ਵੀ ਉਹ ਗੱਲ ਆ ਗਈ, ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ ਮਾਹੇ ਧਰੀ ਗੁਰਜੋਤ ਅਰਜਨ ਮਾਹੇ ਧਰੀ ਜਗ ਤਾਰਨ ਕੋ ਅਵਤਾਰ ਬਣਾਇਓ ਜੀਵਨ ਵਿੱਚ ਨਿਗਾਹ ਮਾਰੋ ਨਾ। ਜੀਵਨ ਇੱਕ ਸੰਘਰਸ਼ ਹੈ, ਸੰਘਰਸ਼ ਤੇ ਸੰਘਰਸ਼ ਇੱਧਰ ਜਾਂ ਉੱਧਰ ਹੁੰਦਾ, ਆਰ ਜਾਂ ਪਾਰ ਜਿਸਨੂੰ ਅਸੀਂ ਆਖਦੇ ਹਾਂ ਜਿੱਤ ਜਾਂ ਹਾਰ। ਮਨੁੱਖ ਸੰਘਰਸ਼ ਕਬੂਲ ਦਾ ਉਦੋਂ ਸੰਘਰਸ਼ ਦੇ ਚੈਲੇਂਜ ਨੂੰ ਪ੍ਰਵਾਨ ਉਦੋਂ ਕਰਦਾ ਜਦੋਂ ਉਹ ਆਰ ਪਾਰ ਦਾ ਫੈਸਲਾ ਕਰ ਲੈਂਦਾ ਹੈ। ਜੀਵਨ ਇੱਕ ਸੰਘਰਸ਼ ਹੈ। ਇਹਦੇ ਵਿੱਚ ਬਹੁਤੇ ਲੋਕ ਤਾਂ ਆਰ ਪਾਰ ਦਾ ਫੈਸਲਾ ਹੀ ਨਹੀਂ ਕਰ ਪਾਉਂਦੇ, ਇਸ ਲਈ ਸੰਘਰਸ਼ ਵਿੱਚ ਕੁੱਦਦੇ ਹੀ ਨਹੀਂ। ਸਰਲ ਜੀਵਨ ਚਾਹੁੰਦੇ ਨੇ ਪਰ ਮਾਰਗ ਦੀ ਦੁਨੀਆਂ ਵਿੱਚ ਵੀ ਕੌਮਾਂ ਤੇ ਜਦੋਂ ਦੁਖਾਂਤ ਆਉਂਦਾ ਉਦੋਂ ਵੀ ਉਹ ਬੇਵਫਾ ਹੁੰਦੇ ਨੇ, ਕਿਉਂਕਿ ਸੰਘਰਸ਼ ਵਿੱਚ ਆਰ ਪਾਰ ਦੀ ਗੱਲ ਕਰਨ ਯੋਗ ਨਹੀਂ ਹੁੰਦੇ। ਤੇ ਜੀਵਨ ਸੰਘਰਸ਼ ਹੈ, ਸੰਸਾਰ ਇੱਕ ਸੰਘਰਸ਼ ਦਾ ਕੇਂਦਰ ਹੈ। ਦੁਨੀਆਂ ਦੇ ਅੰਦਰ ਮਨੁੱਖ ਤੇ ਆਪਣੇ ਆਪ ਵਿੱਚ ਵੀ ਕੌਮਾਂ ਤੇ ਵੀ ਮਨੁੱਖਤਾ ਤੇ ਵੀ ਐਸੀਆਂ ਘੜੀਆਂ ਐਸੇ ਸਮੇਂ ਆਉਂਦੇ ਰਹਿੰਦੇ ਨੇ ਜਦੋਂ ਫੈਸਲਾ ਕਰਨਾ ਹੀ ਪੈਂਦਾ ਆਰ ਪਾਰ ਦਾ, ਸੰਘਰਸ਼ ਦਾ। ਜਿਹੜਾ ਨਹੀਂ ਜਿੱਤਦਾ ਨਹੀਂ ਕਰਦਾ ਉਹ ਜਿੱਤ ਨਹੀਂ ਸਕਦਾ। ਹਾਲਾਂਕਿ ਜਿੱਤਣ ਵਾਲੇ ਨੂੰ ਭਾਵੇਂ ਸੰਘਰਸ਼ ਦਾ ਨਾਂ ਲੈ ਬਿਨਾਂ, ਇਹ ਨਹੀਂ ਕਿ ਮੈਦਾਨੇ ਜੰਗ ਅੰਦਰ ਅਸਲ ਤਲਵਾਰ ਫੜ ਕੇ ਲੜਨ ਦਾ ਨਾਂ ਹੀ ਸੰਘਰਸ਼ ਹੈ, ਜੰਗ ਹੈ। ਸੰਘਰਸ਼ ਤਾਂ ਤੁਸੀਂ ਦੌਲਤ ਕਮਾਉਣੀ ਹੋਵੇ ਤਦ ਵੀ ਕਰਨਾ ਪੈਂਦਾ, ਸ਼ੋਹਰਤ ਕਮਾਉਣੀ ਹੋਵੇ ਤਦ ਵੀ ਕਰਨਾ ਪੈਂਦਾ। ਕਈ ਵਾਰ ਜੀਣ ਦੀਆਂ ਜਾਣ ਦੀਆਂ ਬਾਜ਼ੀਆਂ ਲਗਾ ਦਿੰਦੇ ਨੇ ਲੋਕ, ਤੇ ਜਿਹੜੇ ਅਣਜਾਣ ਹੁੰਦੇ ਨੇ ਬੜੀ ਜਲਦੀ ਫੇਲ ਹੋ ਜਾਂਦੇ ਨੇ। ਪਿਛਲੇ ਹਫ਼ਤੇ ਵੀ ਤੁਸੀਂ ਦੇਖੇ ਲੈ ਕੇ ਉਸ ਵਿਸ਼ੇ ਤੇ ਨਹੀਂ ਜਾਣਾ ਚਾਹੁੰਦਾ। ਪਲਾਂ ਵਿੱਚ ਸ਼ੋਹਰਤ ਤੇ ਦੌਲਤ ਦੇ ਸਹਾਰੇ ਸੰਸਾਰ ਦੀ ਅਗਵਾਈ ਕਰਨ ਦੇ ਸੁਪਨੇ ਲੈਣ ਵਾਲਾ ਕਿਵੇਂ ਡਿੱਗੇਗਾ? ਜੀਵਨ ਸੰਘਰਸ਼ ਹੈ। ਇੱਥੇ ਭਾਵੇਂ ਮੈਦਾਨ ਨਹੀਂ, ਤੁਸੀਂ ਇੱਕ ਦਰਿਆ ਵਿੱਚੋਂ ਪਾਰ ਕਰਨ ਲਈ ਸਫ਼ਰ ਕਰਨਾ ਹੋਵੇ ਉਹ ਵੀ ਸੰਘਰਸ਼ ਹੈ। ਕਿਸੇ ਅਣਚਾਹੇ ਦੁਖਾਂਤ ਨਾਲ ਦੋ ਹੱਥ ਕਰਨੇ, ਟੱਕਰ ਲੈਣੀ, ਉਹਦੀ ਆਉਣ ਦੇ ਵੱਲੋਂ ਆਉਣ ਵਾਲੀ ਹਰ ਇੱਕ ਔਕੜ ਨੂੰ ਨਜ਼ਰ ਅੰਦਾਜ਼ ਕਰਨਾ,
ਤੇ ਸੰਘਰਸ਼ ਕਰਦਿਆਂ ਕਰਦਿਆਂ ਅੱਗੇ ਵੱਧਦੇ ਜਾਣਾ ਉਹ ਜੀਵਨ ਹੈ। ਆਪਣੀ ਜ਼ਬਾਨ ਤੋਂ ਗੁਰੂ ਨੇ ਬਾਣੀ ਵਿੱਚ ਵੀ ਆਖਿਆ ਕਹਿਣਾ ਸੰਘਰਸ਼ ਵਿੱਚ ਜਿੱਤ ਦਾ ਜੀਵਨ ਪ੍ਰਦਾਨ ਕਰਨ ਵਾਲੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਗੱਲ ਚੱਲ ਰਹੀ ਹੈ। ਮੈਂ ਇਹ ਗੱਲ ਇਸ ਲਈ ਪਹਿਲਾਂ ਛੇੜੀ ਹੈ ਕਿ ਹੁਣ ਗੁਰੂ ਅਰਜਨ ਪਾਤਸ਼ਾਹ ਜੀ ਨੇ ਤਾਂ ਕੋਈ ਮੈਦਾਨੇ ਜੰਗ ਵਿੱਚ ਜਾ ਕੇ ਤਲਵਾਰ ਫੜ ਕੇ ਬੰਦੂਕ ਫੜ ਕੇ ਜੰਗ ਨਹੀਂ ਕੀਤਾ, ਬਲਕਿ ਗੁਰੂ ਅਮਰਦਾਸ ਸਾਹਿਬ ਦੇ ਸੰਬੰਧ ਵਿੱਚ ਵੀ ਇੱਕ ਗੱਲ ਆਖ ਦਿੱਤੀ, ਚੱਖੜ ਨਿਸ਼ਚਤ ਤੇ ਅਡੋਲ ਪੁਰਖ ਹੈ, ਸੰਘਰਸ਼ ਵਿੱਚ ਡਰਦਾ ਹੀ ਨਹੀਂ, ਕੰਬਦਾ ਹੀ ਨਹੀਂ। ਤੇ ਐਗਜ਼ਾਮਪਲ ਦਿੰਦੇ ਨੇ ਜਿਵੇਂ ਪਰਬਤ ਮੇਰ ਵੱਡੇ ਵੱਡੇ ਪਰਬਤ ਜਿਹੜੇ ਨੇ ਉਹ ਪ੍ਰਵਾਹ ਨਹੀਂ ਕਰਦੇ, ਦੁਨੀਆਂ ਅੰਦਰ ਝੱਖੜ ਆਉਂਦੇ ਨੇ, ਤੂਫਾਨ ਆਉਂਦੇ ਨੇ, ਅੰਧੇਰੀਆਂ ਚੱਲਦੀਆਂ ਨੇ, ਪਰਬਤ ਖੜੇ ਨੇ, ਪਰਬਤਾਂ ਦਾ ਕੀ ਫੜ ਲੈਣਗੀ। ਤੇ ਗੁਰੂ ਨੇ ਆਖਿਆ ਝੱਖੜ ਸਾਹਮਣੇ ਆਏ। ਅੱਜ ਆਪਾਂ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ 2003 ਦੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਜੋ ਪ੍ਰਵਾਨਿਤ ਹੈ ਕੌਮ ਵਿੱਚ ਹੋ ਚੁੱਕਾ, RSS ਦੇ ਦਬਾਅ ਥੱਲੇ ਉਸਨੂੰ ਬਦਲਿਆ ਜਾ ਰਿਹਾ ਹੈ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖ ਕੌਮ ਮੁੜ ਪੁਰਾਣੀਆਂ ਉਹਨਾਂ ਸੁਦੀਆਂ ਵਧੀਆਂ ਦੇ ਚੱਕਰ ਵਿੱਚ ਪੈ ਕੇ ਭਟਕਦੀ ਰਹੇ। ਹਾਲਾਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ 2003 ਵਿੱਚ ਫੈਸਲਾ ਹੋ ਕੇ ਨਾਨਕ ਸ਼ਾਹੀ ਕੈਲੰਡਰ ਲਾਗੂ ਹੋ ਚੁੱਕਾ ਤੇ ਕਰੀਬ ਬਹੁਤ ਨੇੜੇ ਦੇ ਉਹਨਾਂ ਦੇ ਪ੍ਰਭਾਵ ਥੱਲੇ ਆਏ ਹੋਏ ਕੁਛ ਲੋਕਾਂ ਤੇ ਉਹਨਾਂ ਦੇ ਧੜੇ ਦੇ ਰੂਪ ਵਿੱਚ ਬੈਠੇ ਹੋਏ ਕੁਛ ਲੋਕਾਂ ਤੋਂ ਇਲਾਵਾ ਸਮੁੱਚੀ ਕੌਮ ਨੇ ਦੇਸ਼ ਵਿਦੇਸ਼ਾਂ ਵਿੱਚ ਉਸ ਨਾਨਕ ਸ਼ਾਹੀ ਕੈਲੰਡਰ ਨੂੰ ਪ੍ਰਮਾਣਿਕਤਾ ਦਿੱਤੀ। ਈਵਨ ਪੱਕ
ਪਾਕਿਸਤਾਨ ਗੌਰਮੈਂਟ ਨੇ ਵੀ ਇਹਨਾਂ ਬੜੀ ਕੋਸ਼ਿਸ਼ ਕੀਤੀ ਸੀ। ਆ 5-6 ਦਿਨ ਗੁਜ਼ਰੇ, 10 ਦਿਨ ਗੁਜ਼ਰੇ ਨੇ। ਕਰਾਚੀ ਤੋਂ ਦਵਿੰਦਰ ਸਿੰਘ ਨੇ ਉਹਨਾਂ ਦਾ ਫੋਨ ਆਇਆ, ਕਹਿਣ ਲੱਗੇ ਸਿੰਘ ਸਾਹਿਬ ਅਸੀਂ ਤੁਹਾਡੇ ਕੋਲੋਂ ਫੈਸਲਾ ਲੈਣਾ ਚਾਹੁੰਦੇ ਹਾਂ, ਸਾਡੇ ਇੱਥੇ ਦੁਬਧਾ ਪਈ ਹੋਈ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਇਹ ਆਰਡਰ ਕਰ ਦਿੱਤਾ ਕਿ ਅਸੀਂ ਉਹ ਨਾਨਕਸ਼ਾਹੀ ਕੈਲੰਡਰ ਨਹੀਂ ਬਣਦੇ ਜਿਹੜਾ ਅਸੀਂ 2003 ਵਿੱਚ ਡਿਕਲੇਅਰ ਕੀਤਾ, ਤੇ ਤੁਸੀਂ ਹੁਣ 5 ਤਰੀਕ ਦੇ ਹਿਸਾਬ ਮਨਾਓ। ਤੇ ਪਾਕਿਸਤਾਨ ਗੌਰਮੈਂਟ 605 ਵਿੱਚ ਹੈ ਕਿ ਨਹੀਂ, ਅਸੀਂ ਨਾਨਕਸ਼ਾਹੀ ਕੈਲੰਡਰ ਡਿਕਲੇਅਰ ਕਰ ਚੁੱਕੇ। ਤੇ ਅਸੀਂ ਕਰਾਚੀ ਵਾਲੀ ਸੰਗਤ ਵੀ, ਜਿੱਥੇ ਬਹੁਤ ਸਾਰੇ ਸਿੰਧੀ ਤੇ ਬਹੁਤ ਸਾਰੇ ਸਿੱਖ ਰਹਿੰਦੇ ਨੇ, ਅਸੀਂ ਵੀ 605 ਵਿੱਚ ਅਖੀਰ ਨੂੰ ਫੈਸਲਾ ਹੋਇਆ ਵੀ ਤੁਸੀਂ ਉਹਨਾਂ ਕੋਲ ਪੁੱਛੋ ਕਿਹੜਾ ਪੁਰਬ ਮਨਾਇਆ ਜਾਣਾ ਚਾਹੀਦਾ। ਖੈਰ ਦਾਸ ਨੇ ਜਿਵੇਂ ਉਹਨਾਂ ਪੁੱਛਿਆ, ਜਿੰਨੀ ਕੁ ਹੋ ਸਕੀ ਦਲੀਲ ਨਾਲ ਉਹਨਾਂ ਦੇ ਸਾਹਮਣੇ ਬੇਨਤੀ ਕੀਤੀ। ਸ਼੍ਰੋਮਣੀ ਕਮੇਟੀ ਤਾਂ ਜਦੋਂ ਤੁਸੀਂ PGPC ਬਣਾਈ ਸੀ ਉਦੋਂ ਵੀ ਬਾਈਕਾਟ ਕਰ ਦਿੱਤਾ ਸੀ, ਕਿਉਂਕਿ ਉਹਨਾਂ ਦੇ ਝਗੜੇ ਦੇ ਸਾਧਨ ਹੋਰ ਹੁੰਦੇ ਨੇ, ਨਜ਼ਰੀਏ ਹੋਰ ਹੁੰਦੇ। ਮੈਂ ਆਖਿਆ 60-70 ਸਾਲ ਤੋਂ ਗੁਰਦੁਆਰਿਆਂ ਦੇ ਵਿਛੜ ਚੁੱਕੇ, ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਮੰਗ ਕਰਨ ਵਾਲੇ ਲੋਕਾਂ ਨੇ ਕਿਹੜੀ ਅਜੀਬ ਗੱਲ ਕਿ ਜਿਸ ਦਿਨ ਗੋਲਕ ਹੱਥੋਂ ਗਈ ਉਸ ਦਿਨ ਇਹ ਐਲਾਨ ਕਰ ਦਿੱਤਾ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ ਲਈ ਕੋਈ ਨਾ ਜਾਵੇ, ਬਾਈਕਾਟ ਕਰੋ। ਇਹ ਦਫ਼ਤਰ ਜਿੰਨੀ ਦੇਰ ਗੋਲਕ ਸਾਡੇ ਕੋਲ ਰਹੇ ਉਹਨਾਂ ਚਿਰ ਨਨਕਾਣਾ ਸਾਹਿਬ ਦੇ ਦਰਸ਼ਨ ਹੋਣੇ ਚਾਹੀਦੇ। ਜਿਸ ਦਿਨ ਗੋਲਕ ਨਾ ਰਹਿ ਨਾ ਗੁਰੂ ਨਾਨਕ ਸਾਹਿਬ ਦੇ ਅਸਥਾਨ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਕੋਈ ਨਾ ਜਾਓ। ਇਸ ਕਿਸਮ ਦੇ ਵਿਚਾਰ ਰੱਖਦੇ, ਮੇਰਾ ਮਤਲਬ ਨਹੀਂ ਉਸ ਪਾਸੇ ਜਾਣ ਦਾ। ਤਾਂ ਪਾਕਿਸਤਾਨ ਗੌਰਮੈਂਟ ਨੇ ਵੀ 16 ਤਰੀਕ ਦੇ ਹਿਸਾਬ ਨਾਲ ਬਣਾਇਆ, ਉਹਨਾਂ ਨੇ ਕਲੀਅਰ ਕਰ ਦਿੱਤਾ, ਇਹਨਾਂ ਨੇ ਜੱਥਾ ਉੱਥੇ ਨਹੀਂ ਭੇਜਿਆ ਵੀ ਜੇ ਤੁਸੀਂ 16 ਤਰੀਕ ਨੂੰ ਮਨਾਉਣਾ ਹੈ ਤਾਂ ਅਸੀਂ ਫਿਰ ਆਪਣਾ ਜੱਥਾ ਜਿਹੜਾ ਗੁਰੂ ਅਰਜਨ ਸਾਹਿਬ ਦੇ ਪੁਰਬ 'ਤੇ ਭੇਜਣੇ ਆ ਉਹ ਨਹੀਂ ਭੇਜਾਂਗੇ। ਪਰ ਉਹਨਾਂ ਆਖਿਆ ਵੀ ਅਸੀਂ ਨਾਨਕਸ਼ਾਹੀ ਕੈਲੰਡਰ ਜਿਹੜਾ 2003 ਵਿੱਚ ਡਿਕਲੇਅਰ ਹੋਇਆ, ਲਾਗੂ ਹੋਇਆ, ਅਸੀਂ ਉਸੇ ਦੇ ਮੁਤਾਬਕ ਮਨਾਵਾਂਗੇ। ਤਾਂ ਮੈਂ ਇੱਥੋਂ ਆਰੰਭ ਕੀਤਾ ਸੀ ਵੀ ਆਪਾਂ ਵੀ ਉਸੇ ਦੇ ਹਿਸਾਬ ਨਾਲ ਮਨਾ ਰਹੇ, ਕਿਉਂਕਿ ਇਹ ਵੀਕੈਂਡ 16 ਤੋਂ ਬਾਅਦ ਆਉਂਦਾ ਪਹਿਲਾ ਵੀਕੈਂਡ। ਤਾਂ ਅੱਜ ਆਪਾਂ ਗੁਰੂ ਅਰਜਨ ਪਾਤਸ਼ਾਹ ਜੀ ਦਾ ਪੁਰਬ ਮਨਾ ਰਹੇ ਹਾਂ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਹ ਸ਼ਬਦ ਜਿਹੜਾ 3 ਬੰਦਾਂ ਵਿੱਚ ਹੈ, ਇਹਨੂੰ ਸੋਰਠੇ ਆਖਦੇ ਨੇ। ਸੋਰਠੇ ਇੱਕ ਕਾਵਿ ਰਚਨਾ ਦੀ ਵੱਖਰੀ ਬੰਦਿਸ਼ ਹੈ, ਸਿਸਟਮ ਹੈ। ਇਹ 3 ਸੋਰਠੇ ਨੇ ਜਿਹੜੇ ਸ਼ਬਦ ਤੋਂ ਕਿ ਮੈਨੂੰ ਸੁਭਾਅ ਬਣਿਆ ਹੋਇਆ ਖਰਚਾ ਨਾ ਹੋਣਾ। ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੰਨਾ ਵੱਡਾ ਖਜ਼ਾਨਾ, ਕੁਝ ਸ਼ਬਦ ਉਹ ਵੀ ਜਿਹੜੇ ਪ੍ਰਚਲਿਤ ਨਹੀਂ ਕੀਤੇ ਗਏ ਆਪਾਂ ਉਹ ਵਿਚਾਰਿਆ ਕਰੀਏ। ਇਹਦੇ ਵਿੱਚ ਇੱਕ ਗੱਲ ਖਾਸ ਆਖੀ ਜੀ, ਮੈਨੂੰ ਕਹਿਣਾ ਪੈਂਦਾ ਭਾਈ ਸਾਹਿਬ ਵੀ ਸਾਹਿਬ ਸਿੰਘ ਵੀ ਛੁਪਾ ਗਏ ਨੇ, ਮੈਂ ਚਾਹੁੰਦਾ ਸਾ ਖੁੱਲ੍ਹ ਕੇ ਗੱਲ ਲਫ਼ਜ਼ ਕੀ ਨੇ। ਸਾਡੇ 5ਵੇਂ ਸਤਿਗੁਰੂ, 5ਵਾਂ ਜਾਮਾ ਗੁਰੂ ਨਾਨਕ ਦਾ ਸਤਿਗੁਰੂ ਅਰਜਨ ਪਾਤਸ਼ਾਹ ਦੀ ਨਾਮ ਹੈ। ਤੇ ਇਤਿਹਾਸ ਵਿੱਚ ਅਰਜਨ ਨਾਮ ਹੋਰ ਵੀ ਹੈ ਜਿਹੜਾ 5ਵਾਂ ਵਿੱਚੋਂ ਹੈ, 5 ਪਾਂਡਵਾਂ ਦਾ ਵਿੱਚੋਂ ਇੱਕ ਪਾਂਡਵ ਆਗੂ ਦਾ ਭਰਾ ਦਾ ਨਾਮ, ਪਾਂਡੂ ਭਰਾ ਦਾ ਨਾਮ ਅਰਜਨ ਹੈ। ਮਹਾਨ ਯੋਧੇ ਨੇ, ਹੁਣ ਗੱਲ ਇੱਥੇ ਯੋਧਿਆਂ ਦਾ ਮੁਕਾਬਲਾ ਹੈ। ਮੈਂ ਅਰਜ਼ ਕਰ ਰਿਹਾ ਸਾਂ ਆਹ ਗੱਲ ਸਮਝਣ ਵਾਲੀ ਹੈ ਕਿ ਸੰਘਰਸ਼ ਕੋਈ ਇੱਕ ਤਰ੍ਹਾਂ ਦਾ ਨਹੀਂ ਹੁੰਦਾ। ਯੋਧੇ ਦਾ ਮਤਲਬ ਇਹੋ ਹੀ ਨਹੀਂ ਕਿ ਜਿਹੜਾ ਮੈਦਾਨੀ ਜੰਗ ਵਿੱਚ ਤਲਵਾਰ ਲੈ ਕੇ ਲੜੇ ਉਹ ਹੀ ਯੋਧਾ ਹੁੰਦਾ। ਪਿਛਲੇ ਦਿਨਾਂ 'ਚ ਇੱਕ ਸ਼ਬਦ ਆਇਆ ਸੀ
ਉਹਦੇ ਵਿੱਚ ਲਵਸਣ ਕਿ ਸੰਸਾਰ ਅੰਦਰ ਮਹਾਨ ਸੂਰਮਾ ਹੈ ਚਲਾਉਣ ਲਈ ਸ਼ਕਤੀਸ਼ਾਲੀ ਹੋ ਜਾਏ ਕਿਉਂਕਿ ਯੁੱਧ ਹੋਣਾ ਇੱਕ ਕਿਸਮ ਦਾ ਨਾਂ ਨੇ ਹੁਣ ਇੱਥੇ ਇੱਕ ਐਗਜ਼ਾਮਪਲ ਦਿੰਦੇ ਨੇ ਮੈਂ ਸਾਰੇ ਸ਼ਬਦ ਦੇ ਵਿਸਥਾਰ ਵਿੱਚ ਹੋਰ ਨਾ ਜਾ ਸਕਦਾ ਸਮੇਂ ਦੇ ਮੁਤਾਬਕ ਇਹ ਲਫ਼ਜ਼ ਨੂੰ ਤੁਹਾਡੇ ਨਾਲ ਜੋੜਨਾ ਚਾਹੁੰਦਾ ਹੁਣ ਇੱਥੇ ਦੋ ਲਫ਼ਜ਼ ਨੇ ਦੁਨੀਆਂ ਦੇ ਲੋਕ ਇੱਕ ਅਰਜਨ ਮੇਰਾ ਸਤਿਗੁਰੂ ਹੈ ਜਿਹਨੂੰ ਅਸੀਂ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਆਖਦੇ ਹਾਂ ਪੰਜਵਾਂ ਗੁਰੂ ਨਾਨਕ ਦਾ ਪੰਜਵਾਂ ਜਾਮਾ ਹੈ ਤੇ ਇੱਕ ਅਰਜਨ ਪਾਂਡਵਾਂ ਪਾਂਡੂ ਭਰਾ ਹੈ ਪਾਂਡਵਾਂ ਪੰਜਾਂ ਭਰਾਵਾਂ ਵਿੱਚੋਂ ਇੱਕ ਭਰਾ ਹੈ ਤੇ ਕਿਹੜੀ ਅਜੀਬ ਗੱਲ ਹੈ ਉਹ ਪੰਜੋ ਭਰਾ ਜਿਹੜੇ ਨੇ ਉਹਨਾਂ ਵਿੱਚ ਵੀ ਸਾਰੇ ਇੱਕ ਕਿਸਮ ਦੇ ਯੋਧੇ ਨਹੀਂ ਯੁਧਿਸ਼ਠਰ ਜਿਹੜਾ ਉਹ ਸੱਚਾਈ ਤੇ ਪਹਿਰਾ ਦੇਣ ਦਾ ਨਾਮ ਦੇ ਕੇ ਵੀ ਉਹ ਆਪਣੇ ਵਿਸ਼ਵਾਸ ਨੂੰ ਨਹੀਂ ਛੱਡਦਾ ਜੋ ਵਚਨ ਕਰੇ ਉਹਨੂੰ ਨਹੀਂ ਛੱਡਦਾ ਇਵੇਂ ਦਾ ਮਤਲਬ ਵੀ ਇੱਕ ਯੁੱਧ ਹੈ ਇਸ ਲਈ ਉਹਦਾ ਨਾਮ ਧਰਮ ਪੁੱਤਰ ਯੁਧਿਸ਼ਠਰ ਰੱਖਦੇ ਨੇ ਪੁੱਤਰ ਯੁਧਿਸ਼ਠਰ ਸਰੀਰ ਕਰਕੇ ਬਣ ਰੱਖਣ ਵਾਲਾ ਭੀਮ ਸੈਨ ਵੀ ਉਹਨਾਂ ਵਿੱਚ ਹੁਣ ਇੱਥੇ ਦਾ ਅਰਜਨ ਮਹਾਨ ਯੋਧ ਹੈ ਲੋਕ ਆਖਦੇ ਨੇ ਅਰਜਨ ਦੇ ਤੀਰ ਕਦੀ ਖਾ ਲਏ ਅਰਜਨ ਦੇ ਤੀਰ ਮਸ਼ਹੂਰ ਨੇ ਅਰਜਨ ਦੇ ਤੀਰ ਕਦੀ ਖਾ ਲਏ ਕਹਿਣ ਲੱਗੇ ਮੇਰਾ ਗੁਰੂ ਅਰਜਨ ਵੀ ਮਹਾਨ ਯੋਧ ਹੈ ਮੈਦਾਨ ਜੰਗ ਵਿੱਚ ਤਾਂ ਉਹਨੇ ਤਲਵਾਰ ਲੈ ਕੇ ਸੰਘਰਸ਼ ਕੀਤਾ ਨੇ ਉਹਨੇ ਗੋਲੀਆਂ ਤੇ ਚਲਾਈਆਂ ਨੇ ਫਿਰ ਗੁਰੂ ਅਰਜਨ ਮੇਰਾ ਮਹਾਨ ਯੋਧ ਹੈ ਕਿਉਂਕਿ ਝੂਠ ਦੇ ਮੁਕਾਬਲੇ ਤੇ ਅਨਿਆਏ ਦੇ ਮੁਕਾਬਲੇ ਤੇ ਸੱਚ ਲੈ ਕੇ ਖੜਾ ਹੋਇਆ ਤੇ ਦ੍ਰਿੜਤਾ ਨਾਲ ਆਪਾਂ ਵਾਰ ਦਿੱਤਾ ਸਾਨੂੰ ਵਿਸ਼ਵਾਸ ਨਹੀਂ ਬਣਿਆ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਕਾਰਨ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਮਾਣ ਸਾਨ ਸਨਮਾਨ ਤੇ ਵਡਿਆਈ ਹੈ ਕਿਉਂਕਿ ਉਦੋਂ ਵੀ ਜਹਾਂਗੀਰ ਵੱਲੋਂ ਇਹੋ ਮਜਬੂਰ ਕੀਤਾ ਗਿਆ ਸੀ ਉਹਨੂੰ ਭੜਕਾਇਆ ਵੀ ਇਹੋ ਇਹਦਾ ਮਤਲਬ ਕੋਸ਼ਿਸ਼ ਉਦੋਂ ਤੋਂ ਵੀ ਦੁਸ਼ਮਣ ਦੀ ਉਹ ਚੱਲਦੀ ਸੀ ਕਿ ਕਿਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਖੰਡਤਾ ਨੂੰ ਤੇ ਵਡਿਆਈ ਨੂੰ ਖੰਡਨ ਕੀਤਾ ਜਾਏ ਉਦੋਂ ਵੀ ਜਹਾਂਗੀਰ ਨੂੰ ਆਖਿਆ ਇਹਨਾਂ ਨੇ ਇੱਕ ਗ੍ਰੰਥ ਰਚਿਆ ਇਹਨਾਂ ਸਾਡੇ ਤੁਹਾਡੇ ਲਈ ਬੜਾ ਖਤਰਨਾਕ ਹੈ ਤੇ ਜੇ ਇਹ ਉਸ ਗ੍ਰੰਥ ਨੂੰ ਖਤਮ ਤੁਹਾਡੇ ਸਾਡੇ ਲਈ ਖਤਰਾ ਨਾ ਮੰਨਣ ਤੇ ਇਹਨਾਂ ਨੂੰ ਆਖਿਓ ਹਜ਼ਰਤ ਮੁਹੰਮਦ ਸਾਹਿਬ ਦੀਆਂ ਰਚਨਾਵਾਂ ਵਿੱਚ ਪਾਵਣ ਤਾਂ ਕਿਹੋ ਜਿਹਾ ਸਵਾਲ ਖੜਾ ਕੀਤਾ ਜਾਏ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਇਹ ਕੁਝ ਨਾ ਮੈਂ ਕੀਤਾ ਨਾ ਕਰਨਾ ਦ੍ਰਿੜਤਾ ਨਾਲ ਕਿਸੇ ਵਿਸ਼ਵਾਸ ਦੀ ਖਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਜਿਹੜਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਜਿਹੜੀ ਸੰਪਾਦਨਾ ਹੋਈ ਉਹਦੇ ਵਿੱਚ ਤਬਦੀਲੀ ਕਰਕੇ ਅਵੱਗਿਆ ਅਨਿਆਏ ਬੇਇਨਸਾਫੀ ਅਤੇ ਬੇਅਦਬੀ ਕਰਨ ਦੇ ਖਿਆਲ ਨਾਲ ਚੰਦੂ ਅਤੇ ਹੋਰ ਬਹੁਤ ਸਾਰੇ ਲੋਕ ਅਤੇ ਜਹਾਂਗੀਰ ਤੱਤ ਪਰ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਖੰਡਤਾ ਨਾ ਰਹੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਫ ਜਵਾਬ ਦਿੱਤਾ ਇਹ ਹੈ ਸੀ ਦ੍ਰਿੜਤਾ ਇਹ ਵੀ ਇੱਕ ਯੋਧਾਪਣ ਹੈ ਹੁਣ ਇੱਕ ਖਿਆਲ ਦਿੰਦੇ ਨੇ ਇੱਥੇ ਕਿ ਅਰਜਨ ਤੇ ਗੁਰੂ ਅਰਜਨ ਦੇ ਵਿੱਚ ਕੀ ਅੰਤਰ ਹੈ
ਪਾਰਥੋ ਦਾ ਮਤਲਬ ਹੈ ਅਰਜਨ। ਪਾਰਥੋ ਪਾਰਥ ਉਸ ਪਾਂਡਵਾਂ ਭਰਾ ਦੇ ਅਰਜਨ ਨੂੰ ਆਖਦੇ ਨੇ। ਇੱਥੇ ਪਾਰਥੋ ਦਾ ਤੇ ਅਰਜਨ ਦਾ ਕੀ ਮੁਕਾਬਲਾ ਹੈ, ਕੀ ਮੁਕਾਬਲਾ ਹੈ? ਉਹਨੇ ਮੈਦਾਨੇ ਜੰਗ ਵਿੱਚ ਤੀਰ ਚਲਾਏ ਨੇ, ਦੁਸ਼ਮਣਾਂ ਨਾਲ ਲੜਿਆ ਹੈ। ਗੁਰੂ ਅਰਜਨ ਪਾਤਸ਼ਾਹ ਜੀ ਨੇ ਕੋਈ ਤੀਰ ਨਹੀਂ ਚਲਾਏ, ਕੋਈ ਮੈਦਾਨੀ ਜੰਗ ਵਿੱਚ ਤਲਵਾਰ ਨਹੀਂ ਚਲਾਈ। ਅਰਜਨ ਤੇ ਗੁਰੂ ਅਰਜਨ ਵਿੱਚ ਕੀ ਅੰਤਰ ਹੈ? ਇਸ ਸੋਠੇ ਦੇ ਪਹਿਲੀ ਇੱਕ ਲਾਈਨ ਵਿੱਚ ਬੜਾ ਖੂਬਸੂਰਤ ਇਸ ਗੱਲ ਦਾ ਜਵਾਬ ਹੈ। ਕਹਿਣ ਲੱਗੇ ਪ੍ਰਮਾਣ ਪਾਰਥੋ ਨਾਲ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਮੈਂ ਪਹਿਲੇ ਅਰਜ਼ ਕੀਤੀ, ਕੁਝ ਗੱਲ ਵਿਦਵਾਨ ਛੁਪਾ ਗਏ ਨੇ, ਮੈਂ ਚਾਹੁੰਦਾ ਸਾਂ ਮੈਂ ਸਪਸ਼ਟ ਕਰ ਦਿਆਂ। ਗੁਰੂ ਅਰਜਨ ਪੁਰਖ ਪ੍ਰਮਾਣ ਪਾਰਥੋ ਚੱਲ ਲੈਣਾ, ਇਹ ਪ੍ਰਮਾਣ ਪਾਰਥੋ ਨਾਲ ਨਹੀਂ ਮਿਲਦਾ, ਇਹ ਉਦਾਹਰਨ ਪਾਰਥੋ ਨਾਲ ਨਹੀਂ ਮਿਲਦਾ। ਪਾਰਥੋ ਕੋਲ ਧਨਿਸ਼ ਹੈ, ਤੀਰ ਹਨ ਪੱਥੇ ਵਿੱਚ, ਪਰ ਹਿਸਟਰੀ ਉਹਨਾਂ ਦੀ ਹਿਸਟਰੀ ਇਹ ਗੱਲ ਆਖਦੀ ਹੈ ਮਮਤਾ ਵੀ ਅੰਦਰ ਖਲੋਤੀ ਹੈ। ਇਸ ਮਮਤਾ ਨੇ ਮਜਬੂਰ ਕਰ ਦਿੱਤਾ ਤੇ ਧਨਿਸ਼ ਸੁੱਟ ਦਿੱਤਾ ਸੀ। ਪਾਰਥੋ ਇਹ ਕਰਦੇ ਦਿੱਤਾ ਨਹੀਂ ਹੈ ਯੋਧਾ। ਜਿੱਤ ਹਾਰ ਦਾ ਮਸਲਾ ਉੱਥੇ ਵੀ ਹੈ, ਨਿਰਾ ਜਿੱਤ ਹਾਰ ਦਾ ਨਹੀਂ, ਜ਼ਮੀਰ ਦਾ, ਇੱਜ਼ਤ ਮਾਨ ਸਨਮਾਨ ਦਾ। ਸੰਸਾਰ ਅੰਦਰ ਚਲਾ ਹਰ ਇੱਕ ਨੇ ਜਾਣਾ, ਸਰੀਰ ਕਰਕੇ ਦੁਨੀਆਂ ਵਿੱਚ ਕਿਸੇ ਨੇ ਨਹੀਂ ਰਹਿਣਾ, ਪਰ ਜ਼ਮੀਰ ਜਿਉਂਦੀ ਰੱਖ ਕੇ ਇੱਜ਼ਤ ਮਾਨ ਸਨਮਾਨ ਨਾਲ ਆਉਣਾ ਤੇ ਇੱਜ਼ਤ ਮਾਨ ਸਨਮਾਨ ਨਾਲ ਚਲਾ ਜਾਣਾ, ਜਿੱਤ ਇਹਨੂੰ ਕਹਿੰਦੇ ਨੇ। ਜੀਵਨ ਦੀ ਜਿੱਤ, ਜੀਵਨ ਸੰਘਰਸ਼ ਹੈ। ਭਾਗਾਂ ਵਾਲੇ ਨੇ ਉਹ ਲੋਕ ਜਿਹੜੇ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਨੇ। ਲਫ਼ਜ਼ ਬੜੇ ਖੂਬਸੂਰਤ ਆਖੇ, ਕਹਿਣ ਲੱਗੇ ਮੁਤਾਬਕ ਜੇ ਕ੍ਰਿਸ਼ਨ ਦੇ ਮਨ ਦੀ ਮਮਤਾ ਨੂੰ ਝੰਜੋੜਦੇ ਨਾ, ਜੇ ਉਹਨੂੰ ਸੂਰਮਾਪਣ ਚੇਤੇ ਨਾ ਕਰਾਉਂਦੇ, ਜੇ ਉਹਨੂੰ ਆਪਣਾ ਫਰਜ਼ ਚੇਤੇ ਨਾ ਕਰਾਉਂਦੇ, ਅੱਜ ਦਾ ਇਤਿਹਾਸ ਹੋਰ, ਇਸ ਮਹਾਭਾਰਤ ਦਾ ਇਤਿਹਾਸ ਹੋਰ ਹੁੰਦਾ। ਕਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਗੱਲ ਆਖਦਾ ਹੋਵੇ, ਖੇਤ ਜੋ ਮੰਡੇ ਸੂਰਮਾ ਅਬ ਜੂਜਨ ਕੋ ਦਾ ਬਸ। ਕਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਗੱਲ ਆਖਦਾ ਹੋਵੇ ਕਿ ਉਹ ਕਾਹਦਾ ਸੂਰਮਾ ਜਿਹੜਾ ਰਣ ਤੇ ਭੀਜੇ ਭਾਜੇ ਸੋ ਉਹਨੂੰ ਸੂਰਾ ਸੂਰਮਾ ਕਿਵੇਂ ਮੰਨਣਾ? ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਵੀ ਤੋਂ ਇੱਥੇ ਉਹ ਇਤਿਹਾਸ ਸਾਡੇ ਸਾਹਮਣੇ ਕਿ ਅਰਜਨ ਮੈਦਾਨੀ ਜੰਗ ਵਿੱਚ ਪੁੱਜ ਕੇ ਧਨੁਸ਼ ਮੋਢੇ ਤੋਂ ਲਾ ਕੇ ਉਹਦੇ ਵਿੱਚ ਤੀਰ ਟਿਕਾ ਕੇ ਸ਼ਿਸ਼ਤ ਬੰਨ ਕੇ ਇੰਨਾ ਘਬਰਾ ਗਿਆ ਜਦੋਂ ਸਾਹਮਣੇ ਦੇਖਿਆ ਉਸ ਆਪਣੇ ਭਰਾਵਾਂ ਨੂੰ, ਆਪਣੀ ਮਮਤਾ ਨੂੰ, ਆਪਣੇ ਖੂਨ ਨੂੰ ਇੰਨਾ ਘਬਰਾ ਗਿਆ। ਉੱਥੇ ਸੱਚ ਝੂਠ ਦਾ ਫੈਸਲਾ ਕਰਨ ਦਾ ਵੀ ਹੀਆ ਨਾ ਰਿਹਾ। ਸੂਰਮਾ ਹਾਰ ਗਿਆ, ਅਰਜਨ ਨੂੰ ਮੁੜ ਬਿਠਾਇਆ ਨਹੀਂ ਗਿਆ। ਉਹ ਭਰਿਆ ਰਿਸ਼ਤੇ ਵੱਲ ਨਾ ਵੇਖ, ਤੂੰ
ਝੂਠ ਦੇ ਅਨਿਆਇ ਦੇ ਬੇਇਨਸਾਫੀ ਦੇ ਮੁਕਾਬਲੇ ਤੇ ਜੂਝਣ ਵਾਸਤੇ ਇੱਥੇ ਆਇਆ ਹੈ, ਕਿਸੇ ਭਰਾ ਨਾਲ ਲੜਨ ਨਹੀਂ ਆਇਆ। ਗੁਰੂ ਅਰਜਨ ਤੇ ਅਰਜਨ ਵਿੱਚ ਕੀ ਅੰਤਰ ਹੈ? ਪਾਰਥੋ ਚਾਲੇ ਨਹੀਂ। ਹੁਣ ਇਹ ਦੂਜੇ ਪਾਸੇ ਅਗਲੀ ਲਾਈਨ ਚ ਕਹਿਣ ਲੱਗੇ, ਗੁਰੂ ਅਰਜਨ ਨੇ ਤੀਰ ਨਹੀਂ ਚਲਾਏ, ਗੁਰੂ ਅਰਜਨ ਨੇ ਤੋਪਾਂ ਨਹੀਂ ਚਲਾਈਆਂ, ਪਰ ਨਾਮ ਦਾ ਨੇਜ਼ਾ ਇੰਨਾ ਮਜ਼ਬੂਤ ਗੱਡਿਆ, ਜਿਸ ਨਾਮ ਦੇ ਨੇਜ਼ੇ ਨੂੰ ਸ਼ਬਦ ਗੁਰੂ ਨਾਲ ਸਵਾਰਿਆ ਹੋਇਆ, ਤਿੱਖਾ ਕੀਤਾ ਹੋਇਆ ਸੀ। ਗੁਰੂ ਅਰਜਨ ਕੋਲ, ਅਰਜਨ ਕੋਲ ਤੀਰ ਨੇ, ਉਹਦੇ ਕੋਲ ਧਨਿਸ਼ ਹੈ, ਸਾਥੀ ਨੇ, ਇਕੱਲਾ ਨੇ, ਭਰਾ ਨਾਲ, ਹੋਰ ਵੀਰ ਯੋਧੇ ਨਾਲ ਨੇ, ਪਰ ਇੰਨਿਆਂ ਦੇ ਹੁੰਦੇ ਹੋਏ ਹੱਥ ਵਿੱਚੋਂ ਧਨਿਸ਼ ਡਿੱਗ ਸਕਦਾ? ਦ੍ਰਿੜਤਾ ਨੇ, ਗਿਆਨ ਨੇ, ਮੈਂ ਕੀ ਲੜਾਈ ਲੜ ਰਿਹਾ? ਫਰਜ਼ਾਂ ਦੀ ਪਛਾਣ ਨੇ, ਮੈਂ ਕਿਹੜੇ ਫਰਜ਼ਾਂ ਵੀ ਲੜ ਰਿਹਾ? ਗੁਰੂ ਅਰਜਨ ਜਿਹਨਾਂ ਕੋਲ ਤੋਪਾਂ ਤੇ ਤਲਵਾਰਾਂ ਨਹੀਂ, ਇੱਕ ਨਾਮ ਹੈ, ਤੇ ਨਾਮ ਨੂੰ ਹੀ ਮੇਰੇ ਮਾਲਕ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਨੇਜਾ ਬਣਾ ਲਿਆ। ਨੇਜਾ ਇੱਕ ਸ਼ਸਤਰ ਹੈ, ਗੁਰੂ ਅਰਜਨ ਕੋਲ ਨਾਮ ਦਾ ਨੇਜਾ ਹੈ, ਤੇ ਉਹਨੂੰ ਤਿੱਖਾ ਕਰਨ ਲਈ, ਉਹਨੂੰ ਤੇਜ਼ ਕਰਨ ਲਈ, ਉਹਨੂੰ ਚਮਕਾਉਣ ਲਈ, ਉਹਨੂੰ ਵਿਰਤਾ ਵਿੱਚ ਲਿਆਉਣ ਲਈ ਗੁਰੂ ਅਰਜਨ ਕੋਲ ਸ਼ਬਦ ਹੈ। ਕਹਿਣ ਲੱਗੇ, ਨੇਜਾ ਨਾਮ ਨਿਸ਼ਾਨ, ਨੇਜਾ ਨਾਮ ਨਿਸ਼ਾਨ, ਸਤਿਗੁਰ ਸ਼ਬਦ ਸਵਾਰਿਆ। ਆ ਫਰਕ ਹੈ ਅਰਜਨ ਵਿੱਚ ਤੇ ਗੁਰੂ ਅਰਜਨ ਵਿੱਚ। ਸ਼ਬਦ ਦਾ ਸਵਾਰਿਆ ਹੋਇਆ, ਤਿੱਖਾ ਕੀਤਾ ਹੋਇਆ ਨਾਮ ਰੂਪੀ ਨੇਜ਼ਾ ਹੱਥ ਵਿੱਚ ਫੜ ਕੇ ਸਾਥੀਆਂ ਦੀ ਲੋੜ ਵੀ ਕੋਈ ਨਹੀਂ, ਕੋਈ ਹਜ਼ਾਰਾਂ ਆਦਮੀਆਂ ਜਾਂ ਖੋੜੀਆਂ ਆਪਣੀ ਫੌਜ ਦੀਆਂ ਅਰਜਨ ਦੀ ਤਰ੍ਹਾਂ ਨਾਲ ਲੈ ਕੇ ਨਹੀਂ ਤੁਰਿਆ, ਧਰਤੀ ਲੋਹ ਤੇ ਸਰੀਰ ਕਰਕੇ, ਆਦਮੀ ਸਰੀਰ ਕਰਕੇ ਇਕੱਲਾ ਹੀ ਬੈਠਾ ਹੈ। ਇੱਕ ਸਾਹਮਣੇ ਆਇਆ ਸਾਈ ਮੀਆਂ ਮੀਰ, ਉਹ ਵੀ ਘਬਰਾ ਗਿਆ। ਤੱਤੀਆਂ ਲੋਹਾਂ ਤੇ ਬੈਠਣ ਵਾਲਾ ਆਖਦਾ ਹੈ, ਸਾਈ ਮੀਆਂ ਮੀਰ, ਤੂੰ ਇਕੱਲਾ ਮਹਿਸੂਸ ਕਰਨਾ, ਤੇਰੇ ਤੋਂ ਬਾਅਦ ਜੋ ਮੈਂ ਇਕੱਲਾ ਰਹਿ ਜਾਵਾਂਗਾ। ਸਾਈ ਮੀਆਂ ਮੀਰ ਆਖਦਾ, ਤੂੰ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨਾ, ਮੈਂ ਤਾਂ ਤੱਤੀਆਂ ਲੋਹਾਂ ਤੇ ਬੈਠਾ ਵੀ ਇਕੱਲਾ ਨਹੀਂ ਮਹਿਸੂਸ ਕਰਦਾ, ਮੇਰੇ ਕੋਲ ਇੱਥੇ ਵੀ ਕੋਈ ਨਾਮ ਦਾ ਨੇਜ਼ਾ ਹੈ। ਆਪਾਂ ਸ਼ਬਦ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਤੇ ਅਵਸਰ ਪੜ੍ਹਨੇ ਆ, ਪਾਤਸ਼ਾਹ ਜੀ ਦੇ ਸੂਰਮੇ ਬਣ ਦੀ ਕਹਾਣੀ, ਇਹ ਹੈ ਉਸਦੇ ਅਧਿਆਤਮਿਕ ਯੋਧੇ ਹੋਣ ਦੀ ਨਿਸ਼ਾਨੀ, ਜਿਹੜਾ ਇੰਨੀ ਦ੍ਰਿੜਤਾ ਨਾਲ ਝੂਠ ਦੇ ਮੁਕਾਬਲੇ ਤੇ ਜਾਂਦਾ, ਜਿਹੜਾ ਇੰਨੀ ਦ੍ਰਿੜਤਾ ਤੇ ਵਿਸ਼ਵਾਸ ਨਾਲ ਨਾਮ ਦੇ ਨੇਜ਼ੇ ਨੂੰ ਲੈ ਕੇ ਸ਼ਬਦ ਨਾਲ, ਗੁਰੂ ਸ਼ਬਦ ਨਾਲ ਸਵਾਰੇ ਹੋਏ ਨੇਜ਼ੇ ਨੂੰ ਲੈ ਕੇ ਮੈਦਾਨੇ ਵਿੱਚ ਜਿੱਤ ਹਾਰ ਦਾ ਫੈਸਲਾ ਕਰਨ ਲਈ ਜਾਂਦਾ, ਅੱਜ ਉਸ ਗੁਰੂ ਅਰਜਨ ਪਾਤਸ਼ਾਹ ਜੀ ਦੇ ਜੀਵਨ ਦੀ ਬਾਜ਼ੀ, ਜੀਵਨ ਦੇ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕਰਨ ਦਾ ਦਿਨ ਹੈ। ਅਸੀਂ ਜਿਹੜਾ ਸ਼ਹੀਦੀ ਦਿਨ, ਸ਼ਹੀਦੀ ਦਿਨ ਆਖਦੇ ਹਾਂ, ਜਿੱਤ ਪ੍ਰਾਪਤ ਕਰਨ ਦਾ ਦਿਨ ਹੈ। ਅੱਜ ਦੇ ਦਿਨ ਆਪਣੇ ਫਰਜ਼ਾਂ ਨੂੰ ਪਛਾਣਦੇ ਹਾਂ। ਗੁਰੂ ਅਰਜਨ ਪਾਤਸ਼ਾਹ ਜੀ ਨੇ ਨਾਮ ਦੇ ਨੇਜ਼ੇ ਦੇ ਸਹਾਰੇ, ਜਿਹੜੀ ਗੱਲ ਬਾਬਾ ਕਬੀਰ ਜੀ ਨੇ ਵੀ ਯਾਦ ਕੀਤੀ ਸੀ, ਕਹਿਣ ਲੱਗੇ ਉਹ
ਇੱਥੇ ਵੀ ਲਫ਼ਜ਼ ਨੇ ਦੁਨੀਆਂ ਦੇ ਲੋਕੋ ਚੋਟ ਸਹੇਲੀ ਸਿਰ ਕੀ ਲਾਗਤ ਲੈ ਉਸਾਸ ਚੋਟ ਸਹਾਰੇ ਸ਼ਬਦ ਕੀ ਦਾਸ ਗੁਰੂ ਮੈਂ ਦਾਸ ਸ਼ਬਦ ਦਾ ਨੇਜ਼ਾ ਲੈ ਕੇ ਨਾਮ ਦਾ ਨੇਜ਼ਾ ਲੈ ਕੇ ਗੁਰੂ ਅਰਜਨ ਪਾਤਸ਼ਾਹ ਫਰਜ਼ਾਂ ਦੇ ਮੈਦਾਨ ਵਿੱਚ ਸੱਚ ਤੇ ਝੂਠ ਦੇ ਆਹਮੋ ਸਾਹਮਣੇ ਖਲੋ ਕੇ ਸੱਚ ਦਾ ਨੇਜ਼ਾ ਲੈ ਕੇ ਝੂਠ ਦੇ ਸਾਹਮਣੇ ਬੇਧੜਕ ਨਿਚੱਕ ਹੋ ਕੇ ਆਪਣੇ ਜੀਵਨ ਦੀ ਬਾਜ਼ੀ ਜਿੱਤਣ ਦੀ ਖਾਤਰ, ਕਿਉਂਕਿ ਇਹੋ ਹੀ ਜੀਵਨ ਦੀ ਬਾਜ਼ੀ ਦੀ ਜਿੱਤ ਹਾਰ ਹੈ, ਜਿਹੜੀ ਨਹੀਂ ਪਛਾਣ ਸਕਿਆ ਅਰਜਨ ਜਿਹੜਾ ਪਾਂਡਵਾਂ ਦਾ ਭਰਾ ਹੈ, ਜਿਹਨੂੰ ਪਛਾਣ ਸਕਿਆ ਹੈ ਗੁਰੂ ਅਰਜਨ ਜਿਹੜਾ ਗੁਰੂ ਰਾਮਦਾਸ ਸਾਹਿਬ ਦਾ ਪੁੱਤਰ ਹੈ। ਆਪਣੀ ਰਸਨਾ ਤੋਂ ਇਹ ਗੱਲ ਸਤਿਗੁਰੂ ਬਾਣੀ ਵਿੱਚ ਆਖਦੇ ਨੇ, ਕਹਿੰਦੇ ਨੇ ਗੁਰੂ ਅਰਜਨ ਪੁਰਖ ਜਹਾਂਗੀਰ ਵਰਗੇ ਵੀ ਆਖਰ ਹਾਰ ਗਏ ਨੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਦ੍ਰਿੜਤਾ ਦੇ ਸਾਹਮਣੇ। ਤੱਤੀਆਂ ਲੋਹਾਂ ਗਰਮ ਰਹਿਤੇ ਉਬਲਦੀਆਂ ਦੇਗਾਂ ਹਾਰ ਗਈਆਂ ਨੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਦ੍ਰਿੜਤਾ ਦੇ ਮੁਕਾਬਲੇ ਤੇ। ਇਹ ਹੈ ਜੀਵਨ ਦਾ ਸੰਘਰਸ਼, ਜਿਨ ਦੀ ਬਾਜੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਿੱਤੀ ਤੇ ਦੁਨੀਆਂ ਨੂੰ ਕੌਮ ਨੂੰ ਇੱਕ ਸਬਕ ਸਿਖਾਇਆ ਕਿ ਸੰਸਾਰ ਅੰਦਰ ਦ੍ਰਿੜਤਾ ਵਾਲੇ ਲੋਕ ਹੀ, ਵਿਸ਼ਵਾਸ ਵਾਲੇ ਲੋਕ ਹੀ ਝੂਠ ਦੇ ਮੁਕਾਬਲੇ ਫਤਿਹ ਪਾਉਂਦੇ ਨੇ। ਜਿਹੜੇ ਲੋਕ ਡੋਲ ਜਾਂਦੇ ਨੇ ਅਰਜੁਨ ਦੀ ਤਰ੍ਹਾਂ, ਉਹਨਾਂ ਨੂੰ ਪਤਾ ਹੋਵੇ ਹਮੇਸ਼ਾ ਕ੍ਰਿਸ਼ਨ ਨਹੀਂ ਮਿਲਣਾ, ਜਿੰਨੇ ਅਰਜੁਨ ਨੂੰ ਖੜਾ ਕਰਨਾ ਹੋਵੇ ਹਾਰ ਜਾਓਗੇ। ਫਿਰ ਸੰਸਾਰ ਦੀਆਂ ਕਹਾਣੀਆਂ ਵਿੱਚ ਤੁਹਾਡੀ ਕਹਾਣੀ ਨਹੀਂ ਰਹਿਣੀ। ਇਸ ਲਈ ਦ੍ਰਿੜਤਾ ਗੁਰੂ ਅਰਜਨ ਪਾਤਸ਼ਾਹ ਕੋਲੋਂ ਲਓ, ਸੂਰਮਾਪਣ ਗੁਰੂ ਅਰਜਨ ਪਾਤਸ਼ਾਹ ਜੀ ਕੋਲੋਂ ਲਓ, ਜੇ ਜੀਵਨ ਦੀ ਬਾਜੀ ਜਿੱਤਣੀ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।